सत श्री अकाल जी। पीपती नवांशहर देख रहे हो, इस समय असं चंडीगढ़ रोड से मौजूद हैं, शिवालिक स्कूल के बिल्कुल नेड़े हैं। और तुम देखो गड्डी नुकसानी गई है, हादसा होया और गड्डी में नौजवान वीर तो उसकी मदर सवार सन और इन्हों का कहना है कि सू चला रहे सन सड़क के उत्ते ही और बिल्कुल ये अपने राह पर जा रहे थे, बड़ी लिमिटेड जी स्पीड सी और जी मझ अगे आ जाती है, ये बचाने की कोशिश करते हैं। लेकिन आई साढ़े सामने सीन है, तुम देख सकते हो भाजी किमें जोड़ा हादसा होया। असं भाजी आ रहे थे उधरों, स्पीड भी भाजी घट्टो घट 60 के होने हैं, मझ इन्हों की जकदम भाई उधरों मोहरे आ जाती है, इन्हों की इको मझ सी डंडा लैके मगर पे थे, इन तो काबू नहीं आ रही मझ। हाँ जी वो ब्रेक भी भाजी हम मेन रोड आ, ब्रेक भी इन छेती कितों लग जानी थी। तो मदर नाल बैठे मम्मी नाल थे। हाँ जी सट मदर दे नहीं नहीं सट सुट कैसे दिन लगी भाई वो। चलो कुदरती शीशा बहर डिग गया ना जाए आ डैशबोर्ड च ही फसया आ, डैशबोर्ड च ही फसया, जे कि उत्ते डिग जाता सट लग सकती सी भाजी। कच अखा के बच्चे भी पै सकता जी, मुँह फेस देखो साढ़े सामने ही है किस अखे किन्ने पशु थे उन्होंने कोके इको ही सी कहते इको भज के इधर आ गई वो मगर ही डंडा लगे तो ज्यादा फड़ के भी इन्हों करना चाहिए ना रोड क्रॉस कराने चाहिए। देखो कि ट्रैफिक चलता इतने अजय तो हादसा हो किसी होर भी हो सकता है। हो सकता भाई बिल्कुल, थानू पता जी मेन रोड भाई जे पिंडा पुंडा जो फिर अलग गल आ। और बड़ी बार हिदायत भी दी गई प्रशासन वालों, सख्त हिदायत दी गई, बंदा अपने ध्यान च हों। और बिल्कुल ध्यान ना भी तुम अपना नुकसान ना कोई करा लियो, नहीं तो इनू इदा करो बैठो ना बिच, बैठो ना धक्का ला के साइड पर कर दें, बैठो ना तुम बिच क्योंकि कच बहुत आ तुहाडे लागे ना जावे, आ शीशा खोल लो भाजी, एवं मुंडे का नुकसान होगा। ध्यान ध्यान ना भाई अपने सट ना लवा ली, स्टार्ट तो हो जानी है। इधर मझ आ रही थी कि ये मुंडा अपनी जगह से सही आ रहा है, इस करके ना मझ का मूँह बजन करके तो शीशा क्रैक हो। हाँ मझ का मूँह बज के करके जो ना इन्होंने रोक ली फिर साढ़े देखो नुकसान होने तो बचा मुंडा मेरा बच अखा च कच पै सकता सट लग सकती। ਇਹ ਤੁਹਾਨੂੰ ਮਨਾ ਵੀ ਕਈ ਵਾਰੀ ਕੀਤਾ ਕਿਉਂ ਨਹੀਂ ਤੁਸੀਂ ਹਟਦੇ? ਅੰਕਲ ਜੀ ਉਹ ਭੱਜ ਕੇ ਆ ਗਏ, ਹੁਣ ਮੇਰੀ ਗਲਤੀ ਨਹੀਂ ਸੀ, ਮੈਂ ਤਾਂ ਪਿੱਛੇ ਸੀ ਕੱਲੀ ਸੀ ਮੱਝਾਂ ਨਾਲ, ਆ ਜੋ ਆਏ ਨੇ ਉਧਰ ਮੌਤ ਹੋ ਗਈ ਕੋਈ। ਪਰ ਹੁਣ ਤੁਸੀਂ ਦੇਖੋ ਤੁਹਾਡਾ ਤੁਸੀਂ ਆਪਣਾ ਬਹਾਨਾ ਤਾਂ ਦੱਸ ਰਹੇ ਆ। ਨਹੀਂ ਬਹਾਨਾ ਨਹੀਂ ਅੰਕਲ ਜੀ, ਸੱਚੀ ਗੱਲ ਆ, ਸੌਣ ਲੱਗੇ ਉਧਰੋਂ ਇੱਧਰ ਕਿੱਦਾਂ ਆ ਗਈ? ਉਹ ਭੱਜ ਕੇ ਆ ਗਈ, ਪਤਾ ਨਹੀਂ ਮੈਨੂੰ ਵੀ ਨਹੀਂ। ਆ ਬੇਟੇ ਆ ਦੇਖਾ ਡਿਵਾਈਡਰ ਲੱਗਿਆ ਨਾ। ਹਾਂਜੀ ਉਹ ਉੱਥੋਂ ਤੇ ਭੱਜ ਗਿਆ। ਆ ਰੈਲਿੰਗ ਲੱਗੀ ਆ, ਰੈਲਿੰਗ ਟੱਪ ਕੇ ਕਿੱਦਾਂ ਆ ਗਈ? ਮੈਂ ਵੀ ਅੱਜ ਪਹਿਲੀ ਵਾਰ ਆਈ ਡੰਗਰਾਂ ਨਾਲ ਅੰਕਲ ਜੀ, ਮੈਨੂੰ ਵੀ ਨਹੀਂ ਪਤਾ। ਇੱਕ ਜਣਾ ਹੁੰਨੇ ਆ, ਕਿੰਨੇ ਜਣੇ ਤੁਹਾਨੂੰ ਚਾਹੀਦੇ ਨਾਲ? ਨਹੀਂ ਉਹ ਰੈਲਿੰਗ ਟੱਪ ਕੇ ਕਿੱਦਾਂ ਆ ਗਈ ਇੱਧਰ? ਇੱਥੇ ਟੱਪ ਕੇ ਆ ਗਏ ਉਸ ਤੇ, ਇੱਥੇ ਭਾਜੀ ਬਿਲਕੁਲ ਆਪਣੀ ਸਾਈਡ ਤੇ ਬੜੇ ਵਧੀਆ ਹੌਲੀ ਜਾਂਦੇ ਆ, ਕੋਈ ਗੱਲ ਨਹੀਂ। ਹੁਣ ਤੁਹਾਡੀ ਵਜ੍ਹਾ ਨਾਲ ਇੱਕ ਮਿੰਟ ਸੋਚੋ, ਮੁੰਡੇ ਦੇ ਸੱਟ ਲੱਗ ਜਾਂਦੀ, ਇਹਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਕੌਣ ਜ਼ਿੰਮੇਵਾਰ ਸੀ? ਜ਼ਿੰਮੇਵਾਰ ਤਾਂ ਅੰਕਲ ਜੀ ਅਸੀਂ ਸੀ, ਹੁਣ ਮੇਰੀ ਗਲਤੀ ਆ, ਡੰਗਰ ਉਹਦੇ ਟੱਪ ਕੇ ਆ ਗਏ, ਮੈਂ ਕੀ ਕਰਾਂ ਹੁਣ? ਉਹਨਾਂ ਦੇ ਭਰਪਾਈ ਕੌਣ ਕਰੂਗਾ? ਆਓ ਇੱਧਰ ਆਓ, ਆਓ ਸ਼ਾਮੇ ਆ ਜਾਓ, ਦੇਖੋ ਨੁਕਸਾਨ ਹੋਇਆ ਉਹਨਾਂ ਦਾ, ਨੁਕਸਾਨ ਹੋਇਆ ਔਰ ਬੜੀ ਵਾਰ ਤੁਹਾਨੂੰ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਔਰ ਤੁਸੀਂ ਇਹ ਕਹਿ ਰਹੇ ਹਾਂ ਕਿ ਜੀ ਉੱਧਰਲੇ ਬੱਸ 'ਚ ਆ ਗਈ, ਉਹ ਰੈਲਿੰਗ ਟੱਪ ਕੇ ਥੋੜ੍ਹੇ ਆ ਸਕਦੀ ਹੈ ਡਿਵਾਈਡਰ? ਇੱਧਰੋਂ ਗਈ ਆ ਭਾਅ ਜੀ, ਇੱਧਰੋਂ ਗਈ ਆ, ਇੱਧਰੋਂ ਗਈ ਆ, ਅਸੀਂ ਤਾਂ ਬੜੇ ਬੜੇ ਹੌਲੀ ਹੌਲੀ ਆਉਂਦੇ ਹਾਂ, ਕੋਈ ਗੱਲ ਨਹੀਂ। ਅਸੀਂ ਬਚਾਅ ਹੋ ਗਿਆ ਜੀ ਹੌਲੀ ਸੀ, ਅਸੀਂ ਤਾਂ ਇੱਦਾਂ ਕੋਈ ਦੁਕਾਨ ਦੇਖਦੇ ਹਾਂ ਨਹੀਂ, ਕੋਈ ਚੀਜ਼ ਲੈਣ ਵਗੈਰਾ, ਹੌਲੀ ਹੌਲੀ ਤੁਰੇ ਆਉਂਦੇ ਵਧੀਆ। ਇਹ ਮਗਰ ਟਾਇਲ ਦੀ ਬੜੀ ਸੋਹਣੀ, ਪਿੱਛੇ ਹੀ ਤੁਰੀ ਹੋਊਗਾ, ਇਹਨੂੰ ਮੋੜਨ ਉਰੇ ਨੂੰ ਅੰਕਲ ਜੀ। ਦੇਖੋ ਪਹਿਲੀ ਗੱਲ ਤਾਂ ਸੜਕ 'ਤੇ ਤੁਹਾਨੂੰ ਲਿਆਉਣ ਦੀ ਹਦਾਇਤ ਹੀ ਹੈ ਨਹੀਂ, ਤੁਸੀਂ ਸੜਕ 'ਤੇ ਲਿਆ ਹੀ ਨਹੀਂ ਸਕਦੇ, ਸੜਕ 'ਤੇ ਲੈ ਕੇ ਆਏ ਹਾਂ, ਸੜਕ 'ਤੇ ਲੈ ਕੇ ਨਹੀਂ ਆਉਣਾ ਚਾਹੀਦਾ, ਹਾਦਸਿਆਂ ਨੂੰ ਸਿੱਧਾ ਕੱਲ ਨੂੰ ਇਹਨਾਂ ਦੀ ਜਗ੍ਹਾ ਤੁਹਾਡਾ ਕੋਈ ਆਪਣਾ ਵੀ ਹੋ ਸਕਦਾ ਆ। ਹਾਂਜੀ ਚਲੋ, ਕੋਈ ਸੱਟ ਚੁੱਟ ਤਾਂ ਨਹੀਂ? ਕੋਈ ਸੱਟ ਚੁੱਟ ਤਾਂ ਭਾਜੀ ਹੈ ਨਹੀਂ ਕੋਈ ਵੀ, ਨੁਕਸਾਨ ਹੋਇਆ ਸ਼ੀਸ਼ੇ ਦਾ? ਹਾਂਜੀ ਨੁਕਸਾਨ ਹੋਇਆ। ਹੁਣ ਤੁਹਾਡੀ ਡਿਮਾਂਡ ਹੈ ਕਿ? ਹਾਂਜੀ ਕਰਕੇ ਦੇਣ ਸਾਨੂੰ, ਉੱਦਾਂ ਵੀ ਗਾਹਾਂ ਤੋਂ ਵੀ ਇਹ ਅਕਲ ਕਰਨ ਨਾ, ਗਾਹਾਂ ਅੱਗੇ ਵਾਸਤੇ ਵੀ ਅਕਲ ਕਰਨ, ਇਹ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾ ਹੋ ਸਕਦਾ, ਇੱਦਾਂ ਦੇ ਕੁੱਤਾ ਹੋਇਆ ਪਸ਼ੂ ਹੋਇਆ ਜੇ ਕਿਸੇ ਚੀਜ਼ ਦੇ ਵਿੱਚ ਵੱਜਦਾ ਨੁਕਸਾਨ ਤਾਂ ਹੁੰਦਾ ਹੀ ਹੈ, ਬੰਦਾ ਡਿੱਗਦਾ ਕੋਈ, ਮੇਰੇ ਖੁਦ ਚਾਚੇ ਦੀ ਬਾਂਹ ਟੁੱਟ ਗਈ ਸੀ। ਕੁੱਤਾ ਕੋਈ ਵੀ ਜਾਨਵਰ ਆ। ਤੁਸੀਂ ਤੁਸੀਂ ਕਿੱਥੇ ਰਹਿੰਦੇ ਆ? ਉੱਧਰ ਰਹਿੰਦੇ ਪਿੱਛੇ ਪਲਾਟਾਂ 'ਚ। ਆਹ ਤੁਸੀਂ ਇੱਕ ਪਸ਼ੂ ਕਹਿੰਦੇ ਹੋ, ਕਿੰਨੇ ਆ ਉੱਧਰ ਦੇਖੋ ਤਾਂ? ਇੱਥੇ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ। ਦਿਖਾਵੇ ਜੇ ਕਹਿੰਦੇ ਕੋਈ ਪਸ਼ੂ ਆ, ਦਿਖਾਤਾ ਕਿੰਨੇ ਆ?
ਪੁੱਛਲੇ ਇੱਕ ਆਈ ਸਾਰੀਆਂ ਥੋੜੀਆਂ ਆਈਆਂ ਸੀ ਉਰੇ ਉਹ ਇੱਕ ਭੱਜ ਕੇ ਆ ਗਈ ਛੁੱਟ ਕੇ ਹੁਣ ਕੀ ਗਾਰੰਟੀ ਆ ਕੱਲ ਨੂੰ ਹੋਰ ਭੱਜ ਕੇ ਨਹੀਂ ਕੋਈ ਆਊਗੀ ਤੁਸੀਂ ਕੋਈ ਬੰਨ ਕੇ ਰੱਖੀ ਆ ਕੋਈ ਬਾਉਂਡਰੀ ਹੈਗੀ ਆ ਮੁੜ ਕੇ ਨਹੀਂ ਲੈ ਕੇ ਆਉਂਦੇ ਦੇਖੋ ਘੱਟੋ ਘੱਟ ਇਹਨਾਂ ਨੂੰ ਦੇਖਣਾ ਚਾਹੀਦਾ ਕਿੰਨਾ ਰੋਡ ਚੱਲਦਾ ਤੁਸੀਂ ਮੱਝਾਂ ਇੱਥੇ ਕੱਲ ਲੈ ਵਿੱਚ ਬਾਜ਼ਾਰ ਦੇ ਬਜਾਨੂ ਆ ਕਿੱਥੇ ਤੱਕ ਬਸ ਬਸ ਜੇ ਵੱਜ ਜਾਵੇ ਤੁਹਾਡੀ ਮੱਝ ਦੀ ਜਾਨ ਚਲੀ ਜਾਵੇ ਉਹ ਦੇਖੋ ਪਿੱਛੇ ਕੋਈ ਮੋਟਰਸਾਈਕਲ ਵਾਲਾ ਸਪੀਡ ਨਾ ਆ ਜਾਂਦਾ ਕਿਉਂਕਿ ਲੋਕੀ ਕਿਹੜਾ ਹੌਲੀ ਸਪੀਡ ਰੱਖਦੇ ਆ ਤਾਂ ਚੱਲ ਹੌਲੀ ਸੀਗੇ ਕੋਈ ਮੋਟਰਸਾਈਕਲ ਤੇ ਸਪੀਡ ਤੇ ਆਉਂਦਾ ਹੋਵੇ ਮੱਝ ਉੱਚ ਵੱਜੇ ਤੱਕ ਜਾਨ ਜਾ ਸਕਦੀ ਆ ਜਾ ਸਕਦੀ ਹੈ ਜਾ ਸਕਦੀ ਹਾਂਜੀ ਹਾਂਜੀ ਹੱਥ ਪੈਰ ਟੁੱਟ ਸਕਦੇ ਆ ਚਲੋ ਇਹ ਤਾਂ ਹੁਣ ਇਹਨਾਂ ਦਾ ਜਿੱਦਾਂ ਬੈਠ ਕੇ ਹੁੰਦਾ ਕਰਾਓ ਇਹ ਦੇਖੋ ਤਾਂ ਇਹਨਾਂ ਦਾ ਬਣਦਾ ਇਹਨਾਂ ਨੂੰ ਭਰਪਾਈ ਕਰਨੀ ਚਾਹੀਦੀ ਇਹਨਾਂ ਦੀ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਹੈ ਨਹੀਂ ਭਾਜੀ ਅਸੀਂ ਬੜਾ ਵਧੀਆ ਛੋ ਲੋਕੀ ਖੜੇ ਆਲੇ ਦੁਆਲੇ ਸਾਰਿਆਂ ਨੂੰ ਪਤਾ ਹੀ ਆ ਭਾਈ ਹੁਣੀ ਵੀ ਆਉਂਦੇ ਹੀ ਅਸੀਂ ਹੌਲੀ ਆਣੇ ਆਂ ਬਿਲਕੁਲ ਹੌਲੀ ਅਸੀਂ ਕੋਈ ਗੱਲ ਨਹੀਂ ਕਿੱਥੇ ਬੁਲਾਓ ਤੁਹਾਡੇ ਫਾਦਰ ਕਿੱਥੇ ਆ ਨਹੀਂ ਉਹ ਨਹੀਂ ਆਇਆ ਅੱਜ ਡੰਗਣਾ ਹੈ ਡੰਗਣਾ ਨਾਲ ਨਹੀਂ ਆਇਓ ਘਰੇ ਹੀ ਫਿਰ ਮੈਨੂੰ ਬਿੱਲਾ ਮੀਟ ਸ਼ਾਪ ਬਿੱਲਾ ਮੀਟ ਸ਼ਾਪ ਅੱਛਾ ਭਾਜੀ ਇਹ ਕਿਵੇਂ ਹਾਦਸਾ ਹੋਇਆ ਕਿਉਂਕਿ ਲੜਕੀ ਕਹਿੰਦੀ ਮੈਂ ਪਹਿਲਾਂ ਕਦੀ ਚਰਾਉਣ ਨਹੀਂ ਆਂਦੀ ਅੱਜ ਪਹਿਲੀ ਵਾਰ ਆਈ ਆ ਇਹਦੀ ਪਤਨੀ ਇੱਕ ਭਰਾ ਆਇਆ ਪਤਨੀ ਕੌਣ ਹੈ ਇਹ ਪਹਿਲੀ ਦਫਾ ਹੀ ਆਈ ਇੱਕ ਦੀ ਭੈਣ ਆ ਪਤਾ ਨਹੀਂ ਕੀ ਭਜਾਈ ਪਤਾ ਕੀ ਲੱਗਦਾ ਬਾਕੀ ਹੋਰ ਪਰਿਵਾਰ ਦਾ ਆਉਂਦਾ ਇਹਨਾਂ ਦਾ ਹਾਂਜੀ ਬਾਕੀ ਆਉਂਦੇ ਸਾਰੇ ਅੱਜ ਸੜਕ ਤੇ ਲੈ ਕੇ ਤਾਂ ਘੁੰਮਦੇ ਸੜਕ ਤੇ ਲੈ ਕੇ ਇਹਦੇ ਪਲਾਨ ਦੇ ਵਿੱਚੋਂ ਟੱਪ ਕੇ ਗਈ ਮੱਝ ਉਹ ਟੱਪ ਕੇ ਇਹ ਗਈ ਮੋੜਨ ਮੋੜਨ ਗਈ ਤੇ ਫਿਰ ਭੱਜ ਕੇ ਆਈ ਆ ਕੇ ਫਿਰ ਗੱਡੀ ਵਿੱਚ ਲੱਗੀ ਤੇ ਮੂੰਹ ਲੱਗਾ ਸੀ ਅੱਛਾ ਅੱਗੇ ਸੜਕ ਤੇ ਨਹੀਂ ਲੈ ਕੇ ਆਉਂਦੇ ਅੱਗੇ ਲੈ ਕੇ ਆਉਂਦੇ ਚਾਰ ਦੇ ਇੱਧਰੇ ਅੱਜ ਟੱਪ ਗਈ ਮੈਂ ਇਸੇ ਪਾਸੇ ਟੱਪ ਗਈ ਅੱਜ ਹਾਂਜੀ ਠੀਕ ਹੈ ਪਰ ਚਲੋ ਬਚਾ ਹੋ ਗਿਆ ਬਚਾ ਹੋ ਗਿਆ ਜੀ ਬਚਾ ਹੋ ਗਿਆ ਇਹਨਾਂ ਚੋਂ ਹਾਂਜੀ ਪਰ ਹੁਣ ਪਸ਼ੂ ਤਾਂ ਇਹਨਾਂ ਦਾ ਹੀ ਆ ਪਸ਼ੂ ਇਹਨਾਂ ਦੇ ਹਾਂਜੀ ਹਾਂਜੀ ਇਹਨਾਂ ਦੇ ਸਭ ਫਿਰ ਇੱਧਰ ਕਿੱਧਰ ਲੈ ਕੇ ਜਾਂਦੇ ਆ ਇਹ ਤਾਂ ਪਲਾਨ 'ਚ ਚਾਰ ਦੇ ਜੀ ਇਹਨਾਂ ਦਾ ਡੇਰਾ ਕਿੱਥੇ ਆ ਡੇਰਾ ਜੀ ਆ ਸਾਹਮਣੇ ਦੇ ਪਿਛਲੇ ਪਾਸੇ ਆ ਸੂਏ ਤੋਂ ਬਾਅਦ ਸਲੋਹ ਦੇ ਨਾਲੇ ਅੱਛਾ ਮਤਲਬ ਪਿੱਛੋਂ ਇੱਥੇ ਚਾਰਨ ਲਈ ਲੈ ਕੇ ਆਏ ਤੇ ਉਹ ਜਿਹੜੀ ਆ ਮੌਕਾ ਦੇਖ ਕੇ ਮੱਝ ਇਹ ਸੜਕ ਤੇ ਆ ਗਈ ਹਾਂਜੀ ਇਹ ਪਿੱਛੇ ਤੇ ਤੇ ਮੱਝ ਮੋਹਰੇ ਟੱਪ ਕੇ ਚਲੇ ਗਈ ਹੈ ਮੱਝ ਕਿੰਨੀ ਸਿਆਣੀ ਦੇਖੋ ਰੈਲਿੰਗ ਕਿਤੋਂ ਐਨ ਵਿੱਚੋਂ ਲੰਘ ਕੇ ਗਈ ਇਹਦੇ ਵਿੱਚੋਂ ਗਈ ਲੱਗ ਕੇ ਬਾਅਦ ਮੱਝ ਨਹੀਂ ਸਹੀ ਹੈ ਗੱਲ ਯਾਰ ਜੀ ਬੰਦੇ ਨੂੰ ਰੋਡ ਕ੍ਰੋਸ ਕਰਨਾ ਔਖਾ ਮੱਝ ਨਿਕਲ ਜਾਂਦੀ ਹੈ ਮੱਝ ਨਿਕਲ ਜਾਂਦੀ ਹੈ ਮੱਝ ਆਪੇ ਵੱਡੀ ਨੇ ਨਿਕਲਣਾ ਉਹ ਗੱਡੀ ਥੋੜਾ ਦੇਖਣੀ ਉਹਨੇ ਤੇ ਗੱਡੀ ਵਾਲੇ ਨੇ ਉਹਨੂੰ ਦੇਖਣਾ ਗੱਡੀ ਵਾਲੇ ਦੇਖਣਾ ਵਾ ਚਲੋ ਇਹ ਇਸੇ ਇਹ ਇੰਡੀਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਨਾ ਜੀ ਮਿਹਰਬਾਨੀ ਜੀ ਮੇਰੇ ਹੁਣ ਤੁਹਾਡੇ ਮੀਟ ਸ਼ਾਪ ਤੇ ਮੀਟ ਹੀ ਖਾਵਾਂਗੇ ਚਾਹ ਕਿਲ ਚਲੋ ਦੇਖੋ ਜੀ ਜੋ ਇਹਨਾਂ ਨੇ ਗੱਲ ਸਮਝਾਈ ਹੈ ਹਾਲਾਂਕਿ ਜੋ ਉਹ ਲੜਕਾ ਉਹਦੀ ਮਾਂ ਆ ਉਹਨਾਂ ਦੇ ਦੇਖੋ ਉਹ ਇਸ ਟਾਈਮ ਸਹਿਮੇ ਹੋਏ ਆ ਘਬਰਾਏ ਹੋਏ ਆ ਕਿਉਂਕਿ ਉਹਨਾਂ ਨਾਲ ਹਾਦਸਾ ਹੋਇਆ ਕਿਉਂਕਿ ਦੇਖੋ ਸਾਡੇ ਨਾਲ ਹੋਵੇ ਕਿਸੇ ਨਾਲ ਹੋਵੇ ਬੰਦਾ ਜਿਹਦਾ ਨੁਕਸਾਨ ਹੋਵੇ ਜਿਹਦੀ ਜਾਨ ਤੇ ਬਣੇ ਉਹਨੂੰ ਤਾਂ ਤਕਲੀਫ ਹੁੰਦੀ ਆ ਉਹ ਜਿਵੇਂ ਦੱਸਦੇ ਕਹਿੰਦੇ ਸੀ ਆਪਣੀ ਸਾਈਡ ਤੇ ਆਪਣੀ ਲਿਮਿਟਡ ਜਿਹੀ ਸਪੀਡ ਨਾਲ ਆ ਰਹੇ ਸੀਗੇ ਔਰ ਜਿਵੇਂ ਹੁਣ ਭਾਈ ਸਾਹਿਬ ਨੇ ਦੱਸਿਆ ਬਿੱਲਾ ਮੀਟ ਸ਼ਾਪ ਵਾਲਿਆਂ ਨੇ ਵੀ ਆ ਪਿੱਛੇ ਭਾਈ ਜੀ ਇਹਨਾਂ ਨੇ ਵੀ ਸਾਰੀ ਗੱਲ ਸਮਝਾਈ ਆ ਕਹਿੰਦੇ ਕਿ ਪਿੱਛੇ ਚਰਾਉਣ ਆਉਂਦੇ ਆ ਮੱਝਾਂ ਸਲੋ ਵਾਲੀ ਸਾਈਡ ਤੋਂ ਔਰ ਇੱਕ ਜਿਹੜੀ ਮੱਝ ਆ ਉਹ ਮਰਜ਼ੀ ਦੀ ਮਾਲਕ ਸੀ ਮੂਢੀ ਸੀਗੀ ਉਹ ਸੜਕ ਤੇ ਆ ਗਈ ਔਰ ਰੈਲਿੰਗ 'ਚੋਂ ਕ੍ਰੋਸ ਕਰ ਗਈ ਅਤੇ ਜਦੋਂ ਮੋੜਨ ਗਈ ਆ ਕੁੜੀ ਤਾਂ ਉਹ ਟੱਕਰ ਹੋ ਗਈ ਆ ਹੁਣ ਉਹ ਕੁੜੀ ਨੂੰ ਲੈ ਕੇ ਉੱਥੇ ਖੜ੍ਹੇ ਆ ਉਹ ਕਹਿੰਦੇ ਸਾਨੂੰ ਹਰਜਾਨਾ ਚਾਹੀਦਾ ਔਰ ਗੱਲ ਜਾਇਜ਼ ਵੀ ਹੈ ਕਿਉਂਕਿ ਉਹਨਾਂ ਦੇ ਪਸ਼ੂ ਨੇ ਨੁਕਸਾਨ ਕੀਤਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਅਸੀਂ ਫਿਰ ਤੋਂ ਪ੍ਰਸ਼ਾਸਨ ਨੂੰ ਫਿਰ ਤੋਂ ਬੇਨਤੀ ਕਰਨਾ ਚਾਹਾਂਗੇ ਕਿ ਉਹਨਾਂ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਲੇਕਿਨ ਉਹਨੂੰ ਇੰਪਲੀਮੈਂਟ ਕਰਾਉਣਾ ਵੀ ਜ਼ਰੂਰੀ ਹੈ ਇਹਨਾਂ ਨੂੰ ਜਿਹੜੇ ਪਸ਼ੂ ਚਾਰਨ ਆਉਂਦੇ ਇਹਨਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਆ ਇਹਨਾਂ ਨੂੰ ਸਮਝਾਉਣਾ ਵੀ ਜ਼ਰੂਰੀ ਹੈ ਕਿ ਇੱਕ ਛੋਟੀ ਜਿਹੀ ਅਣਗਹਿਲੀ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਔਰ ਇਹਨਾਂ ਦਾ ਆਪਣਾ ਨੁਕਸਾਨ ਵੀ ਹੋ ਸਕਦਾ ਇਹਨਾਂ ਦਾ ਆਪਣਾ ਪਸ਼ੂ ਵੀ ਮਰ ਸਕਦਾ ਇਸ ਕਰਕੇ ਇਹਨਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਆ ਇਹਨਾਂ ਨੂੰ ਟ੍ਰੈਫਿਕ ਨਿਯਮ ਵੀ ਸਮਝਾਉਣਾ ਬਹੁਤ ਜ਼ਰੂਰੀ ਆ ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀ ਦਿਨੇਸ਼ੂਰੀ ਕੈਮਰਾ ਪਰਸਨ ਵਿੱਚ ਇੱਕ ਨੂੰ ਜਸ ਤੋਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ।